वेलकम टू खन्ना न्यूज़ लाइव खन्ना शहर ਨਾਲ ਸੰਬੰਧਿਤ ਖਾਸ ਖਬਰਾਂ ਲੋਕ ਇਨਸਾਫ ਪਾਰਟੀ ਵੱਲੋਂ ਪਾਇਲ ਵਿਖੇ ਦਿੱਤੇ ਜਾ ਰਹੇ ਧਰਨੇ ਦੌਰਾਨ ਪੁਲਿਸ ਵੱਲੋਂ ਲਾਠੀ ਚਾਰਜ ਦੌਰਾਨ ਪਾਰਟੀ ਆਗੂ ਮਨਮਿੰਦਰ ਸਿੰਘ ਗਿਆਸਪੁਰਾ ਤੇ ਸਰਬਜੀਤ ਸਿੰਘ ਕੰਗ ਅਤੇ ਹੋਰ ਪਾਰਟੀ ਵਰਕਰ ਹੋਏ ਜ਼ਖਮੀ ਖੰਨਾ ਸ਼ਹਿਰ ਵਿੱਚ ਕਿਸਾਨ ਜਥੇਬੰਦੀਆਂ ਨੇ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਜੀਟੀ ਰੋਡ ਤੇ ਕਿਸਾਨ ਆਰਡੀਨੈਂਸਾਂ ਖਿਲਾਫ ਮੌਤੀ ਸਰਕਾਰ ਦੇ ਪੁਤਲੇ ਫੁੱਕੇ ਅਤੇ ਆਰਡੀਨੇਸਾਂ ਦिए ਕਾਪੀਆਂ ਅਸਾੜੀਆਂ ਯੂਥ ਕਾਂਗਰਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਵਿੱਚ ਵਰਕਰ ਟਰੈਕਟਰ ਟਰਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਖੰਨਾ ਤੋਂ ਰਵਾਨਾ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਖੰਨਾ ਦੇ ਆਗੂ ਇਕਬਾਲ ਸਿੰਘ ਚੰਨੀ ਦਵਿੰਦਰ ਸਿੰਘ ਹਰਿਓਂ ਦਲਮੇਗ ਸਿੰਘ ਖਟੜਾ ਇੰਦਰਪਾਲ ਸਿੰਘ ਕਮਾਲਪੁਰਾ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਪਾਸ ਕੀਤੇ ਜਾਣ ਦੀ ਸਖਤ ਸ਼ਬਦਾਂ ਨਾਲ ਨਿੰਦਾ ਕੀਤੀ। ਹਲਕਾ ਖੰਨਾ ਦੇ ਵਿਧਾਇਕ ਗੁਰਕਿਰਤ ਸਿੰਘ ਕੋਟਲੀ ਦੀ ਮਾਤਾ ਦਵਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਸ਼ਖਸੀਅਤਾਂ ਨੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਜਿਲ੍ਹਾ ਹਸਪਤਾਲ ਖੰਨਾ ਦੇ ਐਸਐਮਓ ਡਾਕਟਰ ਰਜਿੰਦਰ ਗੁਲਾਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਖੰਨਾ ਇਲਾਕੇ ਨਾਲ ਸੰਬੰਧਿਤ 15 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ ਜਿਨ੍ਹਾਂ ਵਿੱਚੋਂ ਇੱਕ ਇੱਕ ਰੂਰਲ ਏਰੀਆ ਅਤੇ ਹੋਰਨਾਂ ਜ਼ਿਲ੍ਹਿਆਂ ਨਾਲ ਅਤੇ 13 ਵਿਅਕਤੀ ਖੰਨਾ ਸ਼ਹਿਰ ਨਾਲ ਸੰਬੰਧਿਤ ਹਨ ਇਸੇ ਤਰ੍ਹਾਂ ਖੰਨਾ ਸ਼ਹਿਰ ਨਾਲ ਸੰਬੰਧਿਤ ਕੁੱਲ ਮਰੀਜ਼ਾਂ ਦੀ ਗਿਣਤੀ 743 ਹੋ ਗਈ ਹੈ ਜਦੋਂ ਕਿ ਅੱਜ 354 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ